अज असी पहुंचे हाँ पिंड भरथ जिथे काफ़ी टाइम तो सिंझ मेला कराया जाता। इस पिंड गुरु हरगोबिंद साहब आप आए ही इन पिंड के लोगों उन्होंने रड़ेयाकी का नाँ दे के नवाचिया। तो इस पिंड पिंडों ही रियाड़की के 12 पिंड निकले आ जिहड़े कि लागे लागे वसे आ। तो इनू रियाड़की का नाम नाल जाणिया जांदा है इलाके नूं। ये रियाड़की का इलाका वा इस पिंड के लोगों ने गुरु हरगोबिंद साहब जी के नाल जंग च साथ दिता। तो इन दे जोन वेख के गुरु साहब जी ने इन्हों रड़ेयाकी कहा। इन ये इलाके पूरे रियाड़की कहा जाता। माझे का एरिया वा माझे के एरिए ये एरिया एक वक्रा जोड़ा कि रियाड़की के नाम वजता। ये वो स्थान जिथे गुरु हरगोबिंद साहब जी आण के ठहरे। इसनों पूरे नगर गुरद्वारा सौनी साहब कह के जाने जाता। गुरद्वारा साहब की इमारत बनती पई है तैयार हो गया। Thank you.
ਇਹ ਸਿੰਜ ਕਾਫੀ ਚਿਰ ਪੁਰਾ ਬਹੁਤ ਟਾਈਮ ਪੁਰਾਣੀ ਆ। ਇੱਥੇ ਕਾਫੀ ਪਹਿਲਾਂ ਘੋਲ ਕੁਸ਼ਤੀਆਂ ਕਰਾਈਆਂ ਜਾਂਦੀਆਂ ਸੀ, ਜਿਹਦੇ ਕਰਕੇ ਸਿੰਝ ਮੇਲਾ ਕਿਹਾ ਜਾਂਦਾ। ਹੁਣ ਜਿੱਦਾਂ ਦਰਸ਼ਕਾਂ ਦੀ ਮੰਗ ਵਾ, ਹੁਣ ਲੋਕ ਜ਼ਿਆਦਾ ਕਬੱਡੀ ਦੇਖ ਕੇ ਖੁਸ਼ ਹੋ, ਇਹ ਕਰਕੇ ਨਗਰ ਵਾਲੇ ਵੀ ਜ਼ਿਆਦਾ ਕਬੱਡੀ ਨੂੰ ਪਹਿਲ ਦਿੰਦੇ ਆ। ਫਿਰ ਵੀ ਇੱਕ ਜੋੜੀ ਭਲਵਾਨਾਂ ਦੀ, ਜੋ ਕਿ ਨਾਮੇ ਭਲਵਾਨ, ਉਹ ਬੁਲਾਇਆ ਗਿਆ, ਇਹਨਾਂ ਦੀਆਂ ਕੁਸ਼ਤੀਆਂ ਕਰਾਈਆਂ ਗਈਆਂ ਅਤੇ ਕਬੱਡੀ ਦੇ ਮੈਚ ਕਰਾਏ ਗਏ। ਇੱਕ ਸ਼ੋਅ ਮੈਚ ਸੀ, ਚਾਰ ਕਲੱਬਾਂ ਦਾ ਮੈਚ ਸੀ, ਬਾਕੀ ਨਵੇਂ ਪਲੇਅਰ ਹੁੰਦੇ ਉਹਨਾਂ ਦੀਆਂ ਕੁਸ਼ਤੀਆਂ ਕਰਾਈਆਂ ਗਈਆਂ। ਸਰਕਾਰ
ਵੱਡੀਆਂ ਗੱਲਾਂ ਜਸਵਿੰਦਰ ਸ਼ੋਦਰ ਦੀ ਟੀਮ ਜਸਵੰਤ ਬੱਲ ਹੋਣਾ ਦੀ ਤੇ ਲਾਡੀ ਢੇਸੀ ਹੋਣਾ ਦੀ ਜਿਹੜੀ 5100 ਗੇਂਦੀ ਭਾਣ ਲਾਇਆ ਰਾਜਵਿੰਦਰ ਨੇ ਆਸਟ੍ਰੇਲੀਆ ਵੱਲੋਂ ਪਰਗਟ ਭਾਣ ਲਾਇਆ ਆਓ ਸਾਹਮਣੇ 5100 ਦੀ ਆ ਦੂਜੀ ਦੂਜੀ ਦੇ ਰਨ ਵਾਟਾ ਵੱਢ ਗਿਆ ਹਰਿਆਣੇ ਵਾਲਾ ਆ ਗਿਆ ਮਨਜੀਤ ਕੌਰ ਹਰਿਆਣੇ ਵਾਲਾ ਗਰੰਟੀ ਗਰੰਟੀ ਵਾਲਾ ਰਿੰਕੂ ਜੀਵ ਦੇ ਵੱਲ ਲਾਇਆ ਮੇਰੇ ਮਿੱਤਰੋ ਹਰਿਆਣੇ ਦੇ ਵਿੱਚੋਂ ਕਰਮ ਯੂਐਸਏ ਰਾਜਾ ਸਾਡਾ ਭਰਾ ਤੇ ਲੱਗੀ ਡਬਈ ਵੱਲੋਂ ਔਰ